रेडी डीप फेक ਅੱਖੀ ਵੇਖਿਆ ਵੀ ਸਦਾ ਸੱਚ ਨਹੀਂ ਹੁੰਦਾ ਮੌਜੂਦਾ ਸਮੇਂ ਅਸੀਂ ਸੂਚਨਾ ਤਕਨੀਕ ਦੇ ਅਜਿਹੇ ਯੁੱਗ ਵਿੱਚ ਵਿਚਰ ਰਹੇ ਹਾਂ ਜਿੱਥੇ ਕੁਝ ਵੀ ਸੰਭਵ ਨਹੀਂ ਜਾਪਰੇ ਹਾ ਡੰਡੀ ਸੂਚਨਾ ਤਕਨੀਕ ਅਤੇ ਮਨਸੂਈ ਬੁੱਧੀ ਨੇ ਪਿਛਲੇ ਕੁਝ ਸਾਲਾਂ ਵਿੱਚ ਹੈਰਾਨੀਜਨਕ ਤਰੱਕੀ ਕੀਤੀ ਹੈ ਅਤੇ ਸਾਨੂੰ ਇੱਕ ਸੋਚ ਤੋਂ ਪਰਾਂ ਦੇ ਸੰਸਾਰ ਦੇ ਸਨਮੁਖ ਲਿਆ ਖੜਾ ਕੀਤਾ ਹੈ ਡੰਡੀ ਮਨਸੂਈ ਬੁੱਧੀ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਹਰ ਖੇਤਰ ਵਿੱਚ ਆਪਣੀ ਦੂੰਗੀ ਛਾਪ ਛੱਡ ਰਹੀ ਹੈ ਪਰੰਤੂ ਇਸ ਦੇ ਨਾਲ ਹੀ ਸਾਡੀਆਂ ਬਰੂਹਾਂ ਉੱਤੇ ਕਈ ਚੁਣੌਤੀਆਂ ਵੀ ਦਸਤਕ ਦੇ ਰਹੀਆਂ ਹਨ ਜਿੰਨਾ ਵਿੱਚ ਡੀਫੇਕ ਡੀਪ ਫੇਕ ਵੀ ਸ਼ਾਮਲ ਹੈ ਡੰਡੀ ਡੀਪ ਫੇਕ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਸ਼ਬਦ ਹੈ ਡੀਪ ਭਾਵ ਡੂੰਗੀ ਸਿੱਖਿਆ ਤੇ ਫੇਕ ਭਾਵ ਜਾਲੀ ਸਪਸ਼ਟ ਤੌਰ ਉੱਤੇ ਨਕਲੀ ਡੰਡੀ ਸੋ ਸਧਾਰਨ ਸ਼ਬਦਾ ਵਿੱਚ ਡੀਪ ਫੇਕ ਦਾ ਭਾਵ ਇੱਕ ਡੂੰਗੀ ਸਿੱਖਿਆ ਦੇ ਨਾਲ ਬਣਾਈ ਗਈ ਜਾਲੀ ਆਡੀਓ ਵੀਡੀਓ ਆਉਟਪੁੱਟ ਤੋਂ ਹੈ ਡੰਡੀ ਡੀਪ ਫੇਕ ਮੀਡੀਆ ਨਕਲੀ ਬੁੱਧੀ ਅਤੇ ਮਸ਼ੀਨ ਸਖਲਾਈ ਐਲ ਗੋਰਿਦਮ ਦੀ ਵਰਤੋਂ ਕਰਕੇ ਬਣਾਏ ਗਏ ਅਤੀਜ ਥਾਰਤਵਾਦੀ ਵੀਡੀਓ ਚਿੱਤਰ ਅਤੇ ਆਵਾਜ਼ ਦੀ ਜਾਲ ਸਾਜੀ ਹਨ ਡੰਡੀ ਇੱਕ ਐਲਗੋਰਿਦਮ ਨੂੰ ਕਿਸੇ ਖਾਸ ਵਿਅਕਤੀ ਦੇ ਅਸਲ ਆਡੀਓ ਜਾਂ ਵਿਜੂਅਲ ਰਿਕਾਰਡਿੰਗਾਂ ਵਿੱਚ ਪੈਟਰਨਾਂ ਦੀ ਪਛਾਣ ਕਰਨ ਲਈ ਸਿਖਲਾਈ ਰੈਡੀ ਦਿੱਤੀ ਜਾਂਦੀ ਹੈ ਡੰਡੀ ਇਸ ਪ੍ਰਕਿਰਿਆ ਨੂੰ ਹੀ ਦੂੰਗੀ ਸਿਖਲਾਈ ਬਜੋਂ ਜਾਣਿਆ ਜਾਂਦਾ ਹੈ ਜਿਸ ਵਿੱਚ ਕਿਸੇ ਵਿਅਕਤੀ ਦੇ ਚਿਹਰੇ ਜਾਂ ਸਰੀਰ ਨੂੰ ਡਿਜੀਟਲ ਰੂਪ ਵਿੱਚ ਇਸ ਤਰ੍ਹਾਂ ਬਦਲਿਆ ਜਾਂਦਾ ਹੈ ਤਾਂ ਜੋ ਉਹ ਕਿਸੇ ਹੋਰ ਵਰਗਾ ਹੂਬ ਹੂ ਵਿਖਾਈ ਦਿੰਦਾ ਹੈ ਡੰਡੀ ਮਨੋਰੰਜਨ ਅਤੇ ਪੈਰੋਡੀ ਤੱਕ ਤਾਂ ਇਹ ਠੀਕ ਸੀ ਪਰੰਤੂ ਜਿਵੇਂ ਜਿਵੇਂ ਟੈਕਨੋਲੋਜੀ ਵਿੱਚ ਸੁਧਾਰ ਹੋ ਰਿਹਾ ਹੈ ਇਸ ਦੀ ਦੁਰਬਾਰ ਤੋਂ ਵੀ ਸਾਹਮਣੇ ਆ ਰਹੀ ਹੈ ਡੰਡੀ ਲੋਕਾਂ ਦੀਆਂ ਆਵਾਜ਼ਾਂ ਦੀਆਂ ਸਪਸ਼ਟ ਰਿਕਾਰਡਿੰਗਾਂ ਨੂੰ ਇਕੱਠਾ ਕਰਨਾ ਆਸਾਨ ਹੋ ਗਿਆ ਹੈ ਅਤੇ ਆਵਾਜ਼ ਨਮੂਨਿਆਂ ਨੂੰ ਆਨਲਾਈਨ ਇੰਟਰਵਿਊਆਂ ਅਤੇ ਪ੍ਰੈਸ ਕਾਨਫਰੰਸਾਂ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ ਡੰਡੀ ਡੀਪ ਫੇਕ ਦੀ ਵਰਤੋਂ ਕਿਸੇ ਵਿਅਕਤੀ ਵਿਸ਼ੇਸ਼ ਦੀ ਸਾਕ ਨੂੰ ਨੁਕਸਾਨ ਪਹੁੰਚਾਉਣਾ ਬਾਲ ਜਨਸੀ ਸ਼ੋਸ਼ਣ ਸਮਗਰੀ ਅਸ਼ਲੀਲ ਵੀਡੀਓ ਝਾਲੀ ਖਬਰਾਂ ਵਿੱਤੀ ਧੋਖਾਧੜੀ ਅਤੇ ਲੋਕਤੰਤਰੀ ਸੰਸਥਾਾਂ ਵਿੱਚ ਵਿਸ਼ਵਾਸ ਨੂੰ ਕਮਜ਼ੋਰ ਕਰਨਾ ਲਈ ਵੀ ਕੀਤੀ ਜਾ ਸਕਦੀ ਹੈ ਡੰਡੀ ਡੀਪ ਟਰੈਕ ਲੈਬਸ ਵੱਲੋਂ 2019 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ 96% ਡੀਪ ਫੇਕ ਵੀਡੀਓਜ਼ ਅਸ਼ਲੀਲ ਸੰਡੰਡੀ ਡੀਪ ਫੇਕ ਤਕਨੀਕ ਸਭ ਤੋਂ ਖਤਰਨਾਕ ਉਦੋਂ ਹੁੰਦੀ ਹੈ ਜਦੋਂ ਇਸ ਦੀ ਵਰਤੋਂ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਅਸ਼ਲੀਲ ਸਮੱਗਰੀ ਬਣਾਉਣ ਲਈ ਕੀਤੀ ਜਾਂਦੀ ਹੈ ਜਾਂ ਜਦੋਂ ਇਸ ਨੂੰ ਗਲਤ ਜਾਣਕਾਰੀ ਫੈਲਾਉਣ ਲਈ ਇੱਕ ਸਾਧਨ ਵਜੋਂ ਵਰਤਿਆ ਜਾਂਦਾ ਹੈ ਡੀਪ ਫੇਕ ਪੂਰਨ ਵਿੱਚ ਇੱਕ